ਔਰ ਇਹਨਾਂ ਨੇ 1872 ਨੂੰ ਇਹਨਾਂ ਨੇ ਫਿਰ ਉਹਨੂੰ ਮੈਨੇਜਰ ਨਾਲ ਗੱਲ ਕੀਤੀ ਵੀ ਸਾਡਾ ਜੀ ਤੁਸੀਂ ਕਿੰਨਾ ਬੈਲੈਂਸ ਰਹਿੰਦਾ ਸੀ ਇੱਕ ਵਾਰੀ ਸਾਰਾ ਕਲੀਅਰ ਕਰਨਾ ਚਾਹੁੰਦਾ। ਇਹਨਾਂ ਨੇ ਫਿਰ ਸਾਰਾ 2072 ਨੂੰ ਸਾਰਾ ਉਹ ਕਲੀਅਰ ਕਰਤਾ। ਇਹਨਾਂ ਦਾ ਮੈਸੇਜ ਵੀ ਆ ਗਿਆ ਓਕੇ ਦਾ ਵੀ ਹਾਂਜੀ ਤੁਹਾਡਾ ਕਲੀਅਰ ਹੈ, ਪਰ ਉਹ ਸਿਸਟਮ ਵਿੱਚ ਅਜੇ ਵੀ ਇਹਨਾਂ ਦਾ ਬੈਂਕ ਜਿਹੜਾ ਸ਼ੋਅ ਕਰ ਰਿਹਾ ਸੀ ਵੀ ਲੋਨ ਇਹਨਾਂ ਦਾ ਸਟੈਂਡ ਕਰ ਰਿਹਾ ਸੀ। ਇਹ ਮੇਰੇ ਨੇ ਇਹਨਾਂ ਨੂੰ ਵਾਰ ਵਾਰ ਜਦੋਂ ਮਿਲਿਆ ਇਹਨੇ ਇਹੀ ਕਿਹਾ ਵੀ 40,000 ਰੁਪਏ ਤੁਹਾਨੂੰ ਹੋਰ ਦੇਣਾ ਪਊਗਾ ਅਤੇ ਮੈਂ ਗੱਲਬਾਤ ਕਰਕੇ ਤੇਰਾ ਕਲੋਜ਼ ਕਰਾ ਦਿੰਦਾ। 40,000 'ਚ ਸੈਟਲਮੈਂਟ ਇਹਨਾਂ ਦੀ ਦਿੱਤੀ ਸੀ ਵੀ ਚਲੋ ਮੈਂ 40,000 ਦੇ ਦਿੰਦਾ, ਇਹਨੇ ਝੂਠਾ ਵਾਅਦਾ ਕਰਕੇ ਸਾਡੇ ਕੋਲ ਆਇਆ ਸੀ। ਅੱਜ ਇਹਨੇ ਇਹਦੀ ਸ਼ੋਰੂਮ 'ਤੇ ਹੀ ਆਉਣਾ ਸੀ ਇਹਨੇ, ਔਰ ਉੱਥੇ ਫਿਰ ਮੰਗਲਵਾਰ ਸ਼ਾਮ 6:30 ਦੇ ਕਰੀਬ ਲੁਧਿਆਣਾ ਵਿਜੀਲੈਂਸ ਬਿਊਰੋ ਦੇ SSP ਰਵਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਕਰ ਕੀਤਾ ਕਿ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਫਿਰੋਜ਼ ਗਾਂਧੀ ਮਾਰਕੀਟ 'ਚ IDFC ਬੈਂਕ ਦੇ ਕੁਲੈਕਸ਼ਨ ਮੈਨੇਜਰ ਬਿਕਰਮਜੀਤ ਸਿੰਘ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਉਹਨਾਂ ਕਿਹਾ ਕਿ ਇੱਕ ਬੈਂਕ ਦੇ ਲੋਨ ਦੇ ਚੱਲਦਿਆਂ ਜਿੱਥੇ ਸ਼ਿਕਾਇਤਕਰਤਾ ਨੇ ਇਸ ਸੰਬੰਧੀ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚੱਲਦਿਆਂ ਉਸਨੇ ਲੋਨ ਵੀ ਕਲੀਅਰ ਕਰ ਦਿੱਤਾ ਸੀ ਪਰ ਫਿਰ ਵੀ ਉਹਦਾ ਬੈਲੈਂਸ ਖੜਾ ਸੀ, ਜਿਸ ਦੇ ਚੱਲਦਿਆਂ ਖਾਤਾ ਕਲੀਅਰ ਕਰਾਉਣ ਲਈ ਉਸ ਪਾਸੋਂ 40,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਉਹਨਾਂ ਇਸ ਬਾਬਤ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਇਸ ਤਰ੍ਹਾਂ ਇੱਕ ਰਵਿੰਦਰ ਕੁਮਾਰ ਨੇ ਆਪਣੇ ਸਿਲਵਰ ਮੋਡ ਫੈਸ਼ਨ, ਇਹਨਾਂ ਦੀ ਰੈਡੀਮੇਡ ਗਾਰਮੈਂਟ ਦੀ ਸ਼ੌਪ ਆ ਸਰਾਭਾ ਨਗਰ ਜੀ ਸਰ, ਇਹ ਅੱਜ ਸਾਡੇ ਕੋਲ ਇਹਨਾਂ ਨੇ ਅਪਰੋਚ ਕੀਤਾ ਸੀ। ਇਹਨਾਂ ਦਾ ਕਹਿਣਾ ਹੈਗਾ ਵੀ ਉਹ ਬੈਂਕ, ਇੱਕ ਹੈਗਾ IDFC ਬੈਂਕ ਹੈਗਾ ਫਸਟ ਬੈਂਕ ਫਿਰੋਜ਼ ਗਾਂਧੀ ਮਾਰਕੀਟ ਲਾਗੇ ਜੀ, ਔਰ ਉਹਦਾ ਬਿਕਰਮਜੀਤ ਸਿੰਘ ਉਹਦਾ ਕਲੈਕਸ਼ਨ ਮੈਨੇਜਰ ਹੈ। ਇਹਨਾਂ ਨੇ ਗ੍ਰੈਂਡ ਐਮਰਜੈਂਸੀ ਕ੍ਰੈਡਿਟ ਲਾਈਨ ਸਕੀਮ ਹੁੰਦੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ, ਉਹਦੇ ਤਹਿਤ ਇਹਨਾਂ ਨੇ ਲੋਨ ਲਿਆ ਸੀ 13,32,000 ਸਮਥਿੰਗ ਦਾ, ਔਰ 30/9/20 ਨੂੰ ਉਹ 4 ਸਾਲਾਂ ਦਾ ਲੋਨ ਸੀਗਾ, ਔਰ ਇਹ 'ਚ ਕਿਸ਼ਤ ਦੀ ਕਰੀਬ 45,000 ਦੇ ਆਸ ਪਾਸ ਇਹਨਾਂ ਦੀ ਸੀਗੀ। ਔਰ ਇਹਨਾਂ ਨੇ 1872 ਨੂੰ ਇਹਨਾਂ ਨੇ ਫਿਰ ਉਹਨੂੰ ਮੈਨੇਜਰ ਨਾਲ ਗੱਲ ਕੀਤੀ ਵੀ ਸਾਡਾ ਜੀ ਦੱਸੋ ਜੀ ਕਿੰਨਾ ਬੈਲੈਂਸ ਰਹਿੰਦਾ, ਅਸੀਂ ਇੱਕੋ ਵਾਰੀ ਸਾਰਾ ਕਲੀਅਰ ਕਰਨਾ ਚਾਹੁੰਦੇ ਹਾਂ ਜੀ। ਉਹਨਾਂ ਨੇ ਫਿਰ ਇਹਨਾਂ ਨੂੰ ਦੱਸਿਆ ਵੀ ਤੁਹਾਡਾ 11,25,717 ਰੁਪਏ ਐਸਟਮ ਖੜ੍ਹੇ ਆ, ਜੇ ਤੁਸੀਂ ਇਹ ਕਲੀਅਰ ਕਰ ਦਿਓ ਤੁਹਾਡਾ ਲੋਨ ਕਲੋਜ਼ ਹੋ ਜਾਏਗਾ। ਇਹਨਾਂ ਨੇ ਫਿਰ ਸਾਰਾ 2072 ਨੂੰ ਸਾਰਾ ਉਹ ਕਲੀਅਰ ਕਰਤਾ। ਇਹਨਾਂ ਦਾ ਮੈਸੇਜ ਵੀ ਆ ਗਿਆ ਅੱਗੋਂ ਓਕੇ ਦਾ ਵੀ ਹਾਂਜੀ ਤੁਹਾਡਾ ਹੁਣ ਕਲੀਅਰ ਹੈ, ਪਰ ਉਹ ਸਿਸਟਮ ਵਿੱਚ ਅਜੇ ਵੀ ਇਹਨਾਂ ਦਾ ਬੈਂਕ ਜਿਹੜਾ ਸ਼ੋਅ ਕਰ ਰਿਹਾ ਸੀ ਵੀ ਲੋਨ ਇਹਨਾਂ ਦਾ ਸਟੈਂਡ ਕਰ ਰਿਹਾ ਸੀਗਾ। ਇਹ ਵਾਰ ਵਾਰ ਉਹਦੇ ਕੋਲ ਜਾਂਦੇ ਸੀਗੇ ਵੀ ਸਾਡਾ ਜੀ ਤੁਸੀਂ ਲੋਨ ਕਲੀਅਰ ਕਰਤਾ ਹੈਗਾ ਫਿਰ ਵੀ ਤੁਸੀਂ ਇਹ ਸਾਡਾ ਸ਼ੋਅ ਨਹੀਂ ਹੋ ਰਿਹਾ, ਵੀ ਲੋਨ ਕਲੀਅਰ ਨਹੀਂ ਹੋ ਰਿਹਾ ਵੀ ਸ਼ੋਅ ਹੋਈ ਜਾ ਰਿਹਾ। ਅਤੇ ਇਹ ਫਿਰ ਇਹਨੇ ਇਹਨਾਂ ਨੂੰ ਵਾਰ ਵਾਰ ਜਦੋਂ ਮਿਲਿਆ ਇਹਨੇ ਇਹੀ ਕਿਹਾ ਵੀ 40,000 ਰੁਪਏ ਤੁਹਾਨੂੰ ਹੋਰ ਦੇਣਾ ਪਊਗਾ ਵੀ ਉੱਤੇ ਮੈਂ ਗੱਲ ਗੁੱਲ ਕਰਕੇ ਤੇਰਾ ਕਲੋਜ਼ ਕਰਾ ਦਿੰਦਾ। ਅਤੇ ਇਹ ਫਿਰ ਦੁਕਾਨ 'ਤੇ ਵੀ ਇਹਨਾਂ ਦੀ ਆਇਆ, ਅਤੇ ਇਹਦੇ ਪਰ ਪੈਸੇ ਇਹ ਕਹਿੰਦਾ ਮੈਂ ਦੇਣਾ ਨਹੀਂ ਚਾਹੁੰਦਾ ਸੀ। ਇਹਨਾਂ ਨੇ ਸਾਨੂੰ ਅਪਰੋਚ ਕੀਤੀ, ਇਹਨਾਂ ਨੇ ਫਿਰ 40,000 'ਚ ਸੈਟਲਮੈਂਟ ਇਹਨਾਂ ਦੀ ਹੋ ਗਈ ਸੀ ਵੀ ਚਲੋ ਮੈਂ 40,000 ਦੇ ਦੂੰਗਾ, ਇਹਨੇ ਝੂਠਾ ਵਾਅਦਾ ਕਰਕੇ ਸਾਡੇ ਕੋਲ ਆਇਆ ਸੀ। ਅੱਜ ਇਹਨੇ ਇਹਦੀ ਸ਼ੋਰੂਮ 'ਤੇ ਹੀ ਆਉਣਾ ਸੀ ਇਹਨੇ, ਔਰ ਉੱਥੇ ਫਿਰ ਜਦੋਂ ਸਾਨੂੰ ਦੱਸਿਆ ਸੀ ਵੈਰੀਫਾਈ ਕਰਕੇ ਮੁਕੱਦਮਾ ਦਰਜ ਕੀਤਾ, ਔਰ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹਨੂੰ ਰੈੱਡ ਹੈਂਡਡ ਸ਼ੋਰੂਮ 'ਤੇ ਜਦੋਂ ਇਹਨੇ 40,000 ਰੁਪਇਆ ਰਿਸ਼ਵਤ ਲਈ ਹੈ ਉਹਨੂੰ ਸਰਕਾਰੀ ਗੁਆਂ ਦੀ ਹਾਜ਼ਰੀ 'ਚ ਅਰੈਸਟ ਕੀਤਾ ਹੈਗਾ, ਕੱਲ੍ਹ ਨੂੰ ਉਹਨੂੰ ਅਦਾਲਤ 'ਚ ਪੇਸ਼ ਕਰਾਂਗੇ ਜੀ। ਸਰ ਜਿਵੇਂ ਉਹ ਕਹਿ ਰਹੇ ਕੈਸ਼ ਪਹਿਲਾਂ ਦਿੱਤਾ ਸੀ ਅਤੇ ਉਹਦੀ ਕੋਈ ਸੀਗੀ ਰਸੀਦ ਸੂਚੋ ਨਕਲੀ? ਹਾਂਜੀ ਹਾਂਜੀ, ਸਾਰਾ ਉਹਨਾਂ ਕੋਲ ਕਲੀਅਰੈਂਸ ਸੀਗੀ, ਉਹਨਾਂ ਨੇ ਪੈਸੇ ਜਿਹੜੇ ਕਲੀਅਰ ਕਰਾਤੇ ਸੀ। ਇਹਨਾਂ ਦੇ ਵੱਲੋਂ ਮੈਸੇਜ ਆ ਗਿਆ ਸੀ ਵਟਸਐਪ 'ਤੇ, ਚੈਟ ਹੋਈ ਸੀ ਤੁਹਾਡਾ ਜੀ ਹੁਣ ਕਲੀਅਰ ਹੈ ਜੀ,
ਉਹਦੇ ਬਾਵਜੂਦ ਵੀ ਇਹਨੂੰ ਇਹ ਬਲੈਕਮੇਲ ਕਰ ਰਹੇ ਸੀਗੇ। ਇਹ ਸੈਕਟਰ ਦੱਸਣਾ ਚਾਹੁੰਦਾ ਸੈਕਸ਼ਨ 46A ਹੈ, ਬੈਂਕਿੰਗ ਰੈਗੂਲੇਸ਼ਨ ਐਕਟ ਆਫ ਜਿਹੜਾ 1946 ਦਾ ਜੀ। ਇਹਦੇ ਤਹਿਤ ਜਿਹੜੇ ਪ੍ਰਾਈਵੇਟ ਬੈਂਕ ਵਾਲੇ ਵੀ ਹੈ ਇਹ ਵੀ ਪਬਲਿਕ ਸਰਵੈਂਟ ਨੇ ਅਤੇ ਇਹ ਵੀ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਦੀ ਦੇ ਅੰਡਰ ਆਉਂਦੇ ਨੇ, ਇਸ ਕਰਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਕੱਲ੍ਹ ਨੂੰ ਅਸੀਂ ਅਦਾਲਤ 'ਚ ਪੇਸ਼ ਕਰਾਂਗੇ। ਸਰ ਇਹਨਾਂ ਦਾ ਪਹਿਲਾ ਮਾਮਲਾ ਜਾਂ ਪਹਿਲਾਂ ਵੀ ਕੋਈ? ਇਹ ਪਹਿਲਾ ਹੀ ਮਾਮਲਾ ਹੈ, ਬਾਕੀ ਫਰਦਰ ਜਾਂਚ ਕਰ ਰਹੇ ਹਾਂ। ਠੀਕ ਹੈ ਸਰ।